ਉਹ ਹੈਲੋ ਬਿਰਕ, ਤੂੰ ਰੋਜ਼ ਗਰੁੱਪ ਚ ਮੈਸੇਜ ਪਾਉਣਾ ਬਈ ਸਾਡਾ ਹਿੰਦੂਆਂ ਨਾਲ ਲੈਣਾ ਦੇਣਾ ਕੋਈ ਨਹੀਂ, ਹਿੰਦੂ ਸਿੱਖ ਅਸੀਂ ਇਕੱਠੇ ਖੜੇ ਆ। ਸਾਨੂੰ ਨਾ ਖਾਲਿਸਤਾਨ ਚਾਹੀਦਾ ਨਾ ਇਹਨਾਂ ਨੂੰ ਚਾਹੀਦਾ, ਇਹ ਮੇਰਾ ਸਿੱਖ ਵੀਰ ਆ ਜੱਟ ਸਿੱਖ ਫੈਮਿਲੀ ਤੋਂ, ਠੀਕ ਆ, ਆ ਜੱਟ ਸਿੱਖ ਫੈਮਿਲੀ ਤੋਂ, ਆ ਵੀ ਜੱਟ ਸਿੱਖ ਫੈਮਿਲੀ ਤੋਂ, ਚੱਲ ਸਾਨੂੰ ਪੱਕਾ ਨਹੀਂ ਬੰਦੇ, ਸਾਨੂੰ ਚਾਹੀਦਾ ਹੈਗਾ ਆ ਹਿੰਦੁਸਤਾਨ, ਠੀਕ ਆ, ਠੀਕ ਆ, ਹਿੰਦੁਸਤਾਨ ਚ ਰਹਿੰਦੇ ਆ, ਚਾਹੀਦਾ ਅਸੀਂ ਰਹਿਣਾ ਭਰਾਵਾਂ ਦੇ ਨਾਲ, ਠੀਕ ਆ, ਜੇ ਤੁਹਾਡੇ ਜੋਰਤ ਹੈਗੀ ਬਣਾ ਲਓ ਖਾਲਿਸਤਾਨ, ਠੀਕ ਆ। ਇੱਕ ਗੱਲ ਹੋਰ ਵੀ ਹੈ ਭਾਜੀ, ਹਾਂ, ਗੁਰੂ ਸਾਰਿਆਂ ਦਾ ਇੱਕ ਆ, ਠੀਕ ਆ, ਗੁਰੂ ਗ੍ਰੰਥ ਸਾਹਿਬ ਆ ਤੇ ਸਾਰਿਆਂ ਨੇ ਗੁਰੂ ਮੰਨਿਆ ਹੋਇਆ, ਠੀਕ ਆ, ਗੁਰੂ ਸਭ ਇੱਕ ਨੇ, ਕੋਈ ਕਿਸੇ ਦਾ ਵੰਡਿਆ ਨਹੀਂ ਹੋਇਆ, ਤੇ ਤੁਹਾਨੂੰ ਚੈਲੰਜ ਕਰਦੇ ਆ ਖਾਲਿਸਤਾਨ ਬਣਾ ਕੇ ਦਿਖਾ ਦਿਓ, ਤਾਂ ਫੇਰ ਸਾਨੂੰ ਮਿਲ ਦਿਓ, ਹਾਂ, ਅਸੀਂ ਜਲੰਧਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਆ, ਤੈਨੂੰ ਫੋਨ ਨੰਬਰ ਭੇਜਿਆ ਹੋਇਆ, ਤੈਨੂੰ ਤੂੰ ਵੀ ਸਾਨੂੰ ਚੈਲੰਜ ਕੀਤਾ, ਤੈਨੂੰ ਮਿਲਣ ਆਉਣਾ, ਤੈਨੂੰ ਮੈਂ ਆਪਣੀ ਲੋਕੇਸ਼ਨ ਵੀ ਘੱਲਤੀ, ਜੇ ਪਿਓ ਦਾ ਤਾਂ ਸਾਨੂੰ ਆ ਕੇ ਟੱਕਰ ਲਾ, ਜਿੱਥੇ ਮਰਜ਼ੀ ਮਿਲ, ਹਾਂ, ਜਦੋਂ ਮਰਜ਼ੀ ਮਿਲ, ਪਟਿਆਲੇ ਗਿਆ, ਪਟਿਆਲੇ ਵਾਲੇ ਨੇ ਸੰਗਰੂਰ ਗਿਆ, ਸੰਗਰੂਰ ਵਾਲੇ ਦੱਸ ਕਿੱਥੇ ਆਉਣਾ, ਜਿੱਥੇ ਕਹੇਗਾ ਉੱਥੇ ਆ ਜਾਣਾ, ਕੋਈ ਗੱਲ ਨਹੀਂ ਵੀਰੇ, ਠੀਕ ਆ, ਗੁਰੂ ਸਾਹਿਬ ਦਾ ਇੱਕ ਆ ਜਿਹਨੂੰ ਮੰਨਦੇ ਆ, ਰੋਜ਼ ਚੈਲੰਜ ਕਰਦਾ ਗਰੁੱਪਾਂ ਦੇ ਵਿੱਚ, ਸਾਨੂੰ ਹੋਰ ਪਾਈ, ਅੱਜ ਇਕੱਠੇ ਆ, ਸਾਨੂੰ ਨਹੀਂ ਖਾਲਿਸਤਾਨ ਚਾਹੀਦਾ, ਜੇ ਤੂੰ ਤੁਹਾਡੇ ਕੋਲ ਜੋੜਤੇ ਤਾਂ ਬਣਾ ਕੇ ਦਿਖਾ ਦਿਓ, ਜਿਹੜੀ ਮਰਜ਼ੀ ਵਰਲਡ ਚ ਵੀਡੀਓ ਘੁਮਾ ਦੇ, ਸਾਨੂੰ ਇੰਡੀਅਨ ਆਰਮੀ ਜਿੰਦਾਬਾਦ, ਹਿੰਦੁਸਤਾਨ ਜਿੰਦਾਬਾਦ, ਹਿੰਦੁਸਤਾਨ ਜਿੰਦਾਬਾਦ, ਹਿੰਦੁਸਤਾਨ ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਚਾਹੀਦੇ ਆ ਭਰਾ, ਹਾਂ, ਨਾ ਕੀ ਖਾਲਿਸਤਾਨ, ਨਾ ਤੁਸੀਂ ਹੈਗੇ ISI ਦੇ ਏਜੰਟ, ਸਹੀ ਗੱਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।